दोस्तों एक गल तो बड़ी क्लीयर है, वह गल हैगी है कि जोड़ा साडा देश है, भारत साडा जोड़ा देश है, आह एक लोकतंत्रिक देश है। साडे देश के लोकतंत्र प्रणाली है तो डेमोक्रेटिक साडी कंट्री है। पर इस सारे वर्तारे नाल एक गल साडे इत्थे बड़ी क्लीयर भी हैगी है, वह गल साडे इत्थे हैगी है कि साडे जात पातां दे विच साडे समाज वंडिया होया। एक बार फिर सुनो, जातां पातां दे विच साडा समाज वंडिया होया। जेकर साडा समाज जातां पातां दे विच वंडिया होया तां बड़ी एक बड़ी सिंपल जी गल है, बड़ी ही सिंपलसिटी इस गल दे विच कि वंडी हुई चीज़ हमेशा ही सियासत नूं सूट करती है, हमेशा सियासत नूं सूट करती है। जेकर साडे लोग धर्मां दे नां दे उत्ते लड़नगे, जेकर साडे लोग जातां पातां दे नां दे उत्ते लड़नगे तां आ चीज़ हमेशा ही सरकार नूं बड़ी बेनीफिशियरी साबित होगी, क्योंकि कितें तां लोकां ने इकट्ठे हो के एका करके अपने हक्कां दे लई लड़ना सी, कितें लोग लड़ रहे ने आपस दे विच जातां पातां दे उत्ते लड़ रहे ने, ते दूजे पासे लोग लड़ रहे ने धर्मां नूं आधार बना के, धर्मां दे विच वंडियां पा के। तां अंग्रेज़ां दी आपां गल करदे हां, अंग्रेज़ां ने इत्थे साडे राज करो ते वंड पाओ, आही फॉर्मूला अपनाया सी ना कि लोगों को वंड दिओ ते लोगों के उत्ते फिर राज करो, लोगों को वंड के फिर राज करो, आही चीज़ चाहते सी ना अंग्रेज़। जे अज भी साडे जातां पातां हैगियां ने जिहड़ियां, जां धर्म दा जिहड़ा साडा मूल आधार है उहदे तों पासे हट के ये सब सानूं वंडण दे विच लगे हुए ने। सारे वरतारे वंड हमेशा सियासत नूं सूट करदी हुंदी है। हुण सारे कहिंदे ने कि अमृतपाल वाला जिहड़ा फिनोमिना सी ਉਹ ਫਿਨੋਮਿਨਾ ਵੀ ਭਾਜਪਾ ਨੂੰ ਸੂਟ ਕਰਦਾ ਸੀ ਵੀ 2024 ਦੀਆਂ ਚੋਣਾਂ ਨੇੜੇ ਨੇ, 2024 ਦੇ ਵਿੱਚ ਪਾਰਲੀਮੈਂਟ ਦੀ ਇਲੈਕਸ਼ਨਾਂ ਨੇ ਤੇ ਸੱਤਾਧਾਰੀ ਧਿਰ ਚਾਹੁੰਦੀ ਹੁੰਦੀ ਹੈ ਕਿ ਜੇਕਰ ਵੰਡ ਪਊਗੀ ਤਾਂ ਸਾਰਿਆਂ ਨੂੰ ਉਹ ਸੂਟ ਕਰੂਗੀ ਕਿ ਪਹਿਲਾਂ ਹੋਰ ਧਰਮਾਂ ਨੂੰ ਆਧਾਰ ਬਣਾਇਆ ਜਾਂਦਾ ਸੀ, ਇਸ ਵਾਰ ਸਿੱਖਾਂ ਨੂੰ ਆਧਾਰ ਬਣਾਇਆ ਜਾਊਗਾ, ਸਿੱਖਾਂ ਦੇ ਕੁੱਟ ਪਊਗੀ, ਸਿੱਖਾਂ ਨੂੰ ਕਹੂਆ ਖੜਾ ਕੀਤਾ ਜਾਊਗਾ ਤੇ ਉਸ ਤੋਂ ਬਾਅਦ ਫਿਰ ਅਸੀਂ ਵੋਟਾਂ ਲੈ ਲਾਂਗੇ। ਕਹਿੰਦੇ ਕਿ ਇਸ ਗੱਲ ਦੇ ਲਈ ਅੰਮ੍ਰਿਤਪਾਲ ਨੂੰ ਲੈ ਕੇ ਆਇਆ ਗਿਆ। ਅੰਮ੍ਰਿਤਪਾਲ ਨੇ ਪੰਜਾਬ ਦੇ ਵਿੱਚ ਇੱਕ ਆਹ ਵਰਤਾਰਾ ਖੜਾ ਕੀਤਾ, ਫਿਨੋਮਨਾ ਖੜਾ ਕੀਤਾ ਅਤੇ ਹੁਣ ਅੰਮ੍ਰਿਤਪਾਲ ਚਲਾ ਗਿਆ। ਆਹ ਇੱਕ ਜਿਹੜਾ ਹੈਗਾ ਉਹ ਧਿਰ ਦਾ ਮੰਨਣਾ ਹੈਗਾ, ਉਹ ਕਹਿੰਦੇ ਨੇ ਕਿ ਅੰਮ੍ਰਿਤਪਾਲ ਏਜੰਸੀਆਂ ਦਾ ਬੰਦਾ, ਅੰਮ੍ਰਿਤਪਾਲ ਭਾਜਪਾ ਦਾ ਬੰਦਾ, ਭਾਜਪਾ ਨੇ ਚੋਣਾਂ ਜਿੱਤਣ ਦੇ ਲਈ ਅੰਮ੍ਰਿਤਪਾਲ ਨੂੰ ਵਰਤਿਆ ਹੈਗਾ। ਇਹ ਸਾਰੀਆਂ ਗੱਲਾਂ ਨਿਕਲ ਕੇ ਆ ਰਹੀਆਂ ਨੇ। ਹਾਲਾਂਕਿ ਦੇਖੋ, ਮੀਡੀਆ ਦਾ ਕੰਮ ਤਾਂ ਹੁੰਦਾ ਕਿ ਜਿਹੜੀ ਇਨਫੋਰਮੇਸ਼ਨ ਹੈ ਉਹ ਤੁਹਾਡੇ ਤੱਕ ਪਾਸ ਆਊਟ ਕਰਨੀ ਕਿ ਆਹ ਹੁਣ ਕੁਛ ਸਮਾਜ ਦੇ ਵਿੱਚ ਆਹ ਕੁਛ ਚੱਲ ਰਿਹਾ ਹੁਣ ਅਤੇ ਇਹਦਾ ਇਹ ਵਰਤਾਰਾ ਹੈਗਾ। ਤਾਂ ਅੰਮ੍ਰਿਤਪਾਲ ਵਾਲਾ ਵਰਤਾਰਾ ਵੀ ਕਹਿੰਦੇ ਕਿ ਪੰਜਾਬ ਨੂੰ ਵੰਡ ਗਿਆ ਅੰਮ੍ਰਿਤਪਾਲ ਵਾਲਾ ਵਰਤਾਰਾ, ਵੰਡਿਆ ਜਾਂ ਨਹੀਂ ਵੰਡਿਆ ਇਹ ਤੁਸੀਂ ਦੱਸੋ, ਤੁਸੀਂ ਕੀ ਸੋਚਦੇ ਹੋ ਅੰਮ੍ਰਿਤਪਾਲ ਵਾਲੇ ਵਰਤਾਰੇ ਦੇ ਉੱਤੇ? ਤੁਹਾਡੇ ਵਿਊ ਲੈਣੇ ਬੜੇ ਜ਼ਰੂਰੀ ਹੋ ਜਾਂਦੇ ਨੇ, ਪਰ ਕਿਤੇ ਨਾ ਕਿਤੇ ਆਹ ਚੀਜ਼ਾਂ ਜ਼ਰੂਰ ਹੈਗੀਆਂ ਨੇ ਕਿ ਪੰਜਾਬ ਦੇ ਵਿੱਚ ਇੱਕ ਖਲਾਅ ਦੀ ਸਥਿਤੀ ਤਾਂ ਹੈਗੀ ਹੈ। ਕਿਸ ਕਰਕੇ ਪੈਦਾ ਹੋਈ ਹੈ, ਕਿਉਂ ਪੈਦਾ ਹੋਈ ਹੈ, ਪਰ ਪੰਜਾਬ ਦੇ ਵਿੱਚ ਇੱਕ ਡਰ ਦਾ ਮਾਹੌਲ ਬਣਿਆ ਹੋਇਆ। ਅੱਜ ਵੀ ਜਦੋਂ ਆਪਾਂ ਗੱਲ ਕਰਦੇ ਹਾਂ ਪੰਜਾਬ ਦੇ ਜਿਹੜੇ ਪੁਰਾਣੇ ਲੋਕ ਨੇ ਉਹ ਦੱਸਦੇ ਨੇ ਕਿ ਜਦੋਂ 84 ਦਾ ਦੌਰ ਸੀ, 84 ਦੇ ਵਿੱਚ ਕਹਿੰਦੇ ਕਿ ਸਾਨੂੰ ਬਹੁਤ ਡਰ ਲੱਗਦਾ ਸੀ, 84 ਦੇ ਵਿੱਚ ਅਸੀਂ ਡਰਦੇ ਸੀ ਕਿ ਕਿਵੇਂ ਅਸੀਂ ਉਹ ਕਰਾਂਗੇ। ਜਦੋਂ ਦਿੱਲੀ ਦੇ ਵਿੱਚ ਕਤਲੇਆਮ ਹੋਇਆ ਸੀ ਉਦੋਂ ਸਿੱਖਾਂ ਨੂੰ ਕੋਹ ਕੋਹ ਕੇ ਮਾਰੇ ਗਏ ਸੀ, ਦਿੱਲੀ ਦੇ ਵਿੱਚ ਦੰਗੇ ਹੋਏ, ਉਦੋਂ ਕਾਨਪੁਰ ਦੇ ਵਿੱਚ ਦੰਗੇ ਹੋਏ, ਕਿੰਨੀਆਂ ਹੋਰ ਥਾਵਾਂ ਦੇ ਉੱਤੇ ਦੰਗੇ ਹੋਏ। ਉਸ ਟਾਈਮ ਜਿਹਦੇ ਸਿਰ ਦੇ ਉੱਤੇ ਪੱਗ ਬੰਨ੍ਹੀ ਹੁੰਦੀ ਸੀ ਉਹ ਬੰਦਾ ਵੀ ਡਰਦਾ ਸੀ। ਕਿੰਨੇ ਹੀ ਦੇਸ਼ ਦੇ ਜਿਹੜੇ ਵੱਡੇ ਨਾਮ ਸੀ ਸਰਕਾਰ ਦੇ ਵਿੱਚ, ਉਹਨਾਂ ਦੇ ਉੱਤੇ ਹਮਲੇ ਹੋਏ ਸੀ। ਉਹ ਲੋਕ ਕਹਿੰਦੇ ਨੇ ਕਿ ਸਾਨੂੰ ਡਰ ਲੱਗਦਾ ਕਿਤੇ ਉਹ ਵੀ ਵਰਤਾਰਾ 84 ਵਾਲਾ ਦਵਾ ਵਰਤਾਰਾ ਫਿਰ ਨਾ ਜੇ। ਸਿਆਸਤਾਂ ਨੂੰ ਵੀ ਕੀ ਹੁੰਦਾ, ਸਿਆਸਤਾਂ ਨੇ ਤਾਂ ਵੋਟਾਂ ਲੈ ਕੇ ਚਲੇ ਜਾਣਾ ਹੁੰਦਾ, ਖਾਸ ਕਰਕੇ ਵੀ ਧਿਆਨ ਰੱਖਣ ਦੀ ਜ਼ਰੂਰਤ ਲੋੜ ਹੈ। ਆਹ ਗੱਲਾਂ ਕਹਿੰਦੇ ਨੇ ਉਹ, ਫਿਰ ਅੰਮ੍ਰਿਤਪਾਲ ਨੂੰ ਨਾਲ ਜੋੜਦੇ ਨੇ ਜਿਹੜੇ ਲੋਕ, ਜਿਹੜੇ ਜਿਹੜਾ ਵੱਡਾ ਤਬਕਾ ਇੱਕ ਆਹ ਗੱਲ ਕਹਿੰਦਾ, ਵੱਡਾ ਵਰਗ, ਉਹ ਕਹਿੰਦਾ ਕਿ ਅੰਮ੍ਰਿਤਪਾਲ ਨੇ ਹੀ ਇਹ ਸਭ ਕੁਛ ਪੰਜਾਬ ਦੇ ਵਿੱਚ ਕੀਤਾ। ਤੁਸੀਂ ਕੀ ਸੋਚਦੇ ਹੋ ਸਾਨੂੰ ਕਮੈਂਟ ਬਾਕਸ ਵਿੱਚ ਦੱਸਿਓ।